ਸਰਦਾਰ ਅਜਮੇਰ ਸਿੰਘ ਸਚਦੇਵ ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ। ਸਰਦਾਰ ਅਜਮੇਰ ਸਿੰਘ ਸਚਦੇਵ ਜੀ ਨੇ ਆਪਣਾ ਸਾਰਾ ਜੀਵਨ ਸੱਚਾਈ ਦੇ ਰਸਤੇ ਤੇ ਚਲਦਿਆਂ ਬਿਤਾਇਆ। ਆਪ ਜੀ ਬਹੁਤ ਹੀ ਚੰਗੇ ਸੰਸਕਾਰਾਂ ਦੇ ਧਾਰਨੀ ਅਤੇ ਸਹਿਣਸ਼ੀਲ ਇਨਸਾਨ ਸਨ। ਗੁਰੂ ਘਰ ਪ੍ਰਤੀ ਸੱਚੇ ਸ਼ਰਧਾਵਾਨ ਅਤੇ ਗਰੀਬਾਂ ਅਤੇ ਦੀਨ ਦੁਖੀਆਂ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਅੱਜ ਉਹਨਾਂ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਸਰਦਾਰ ਅਜਮੇਰ ਸਿੰਘ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸਿੰਘ ਸਭਾ ਪ੍ਰੀਤਨਗਰ ਜਲੰਧਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਸੰਗਤਾਂ ਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਪੇਸ਼ ਹੈ ਇਸ ਧਾਰਮਿਕ ਸਮਾਗਮ ਦਾ ਵਿਸ਼ੇਸ਼ ਪ੍ਰਸਾਰਣ।
ਗੱਲ ਕਰਦੇ ਨੇ ਤੇ ਮੌਤ ਦੀ ਗੱਲ ਕਰਦਿਆਂ ਉਹਨਾਂ ਨੇ ਉਦਾਹਰਣ ਬੜੀ ਸਿੱਧੀ ਜੀ ਦਿੱਤੀ ਹੈ। ਉਹ ਉਦਾਹਰਣ ਕੀ ਹੈ ਕਿ ਮਾਨੋ ਇੱਕ ਬਗਲਾ ਉਹ ਦਰਿਆ ਦੇ ਕਿਨਾਰੇ ਦੇ ਉੱਪਰ ਖੜਾ ਤੇ ਉਹ ਦਰਿਆ ਦੇ ਵਿੱਚੋਂ ਮੱਛਲੀ ਨੂੰ ਪਕੜਦਾ, ਮੱਛੀ ਨੂੰ ਆਪਣੇ ਮੂੰਹ ਵਿੱਚ ਲੈਂਦਾ, ਕਦੇ ਮੱਛੀ ਨੂੰ ਸੁੱਟਦਾ, ਸੁੱਟ ਕੇ ਫਿਰ ਝਪੱਟ ਮਾਰ ਕੇ ਚੱਕਦਾ, ਫਿਰ ਚੱਕ ਕੇ ਮੂੰਹ 'ਚ ਪਾ ਲੈਂਦਾ। ਉਹ ਮੱਛੀ ਦੇ ਨਾਲ ਅਣਥੇਲੀਆਂ ਕਰਦਾ ਹੈ, ਕਦੇ ਸੁੱਟਦਾ, ਕਦੇ ਚੱਕਦਾ, ਫਿਰ ਕਦੇ ਸੁੱਟਦਾ, ਫਿਰ ਕਦੇ। ਧਿਆਨ ਦਿਓ, ਕਹਿਣ ਲੱਗੇ ਉਹਦੇ ਮਨ ਦੇ ਵਿੱਚ ਇੱਕ ਭਰਮ ਹੈ ਕਿ ਜਦੋਂ ਮੈਂ ਮਰਜ਼ੀ ਇਸ ਮੂੰਹ ਵਿੱਚ ਆਈ ਮੱਛਲੀ ਨੂੰ ਖਾ ਸਕਦਾ ਹਾਂ ਅਤੇ ਜਦੋਂ ਮਰਜ਼ੀ ਇਸ ਮੂੰਹ ਵਿੱਚ ਪਕੜੀ ਹੋਈ ਮੱਛੀ ਨੂੰ ਸੁੱਟ ਸਕਦਾ। ਉਹਦੇ ਮਨ ਦਾ ਭਰਮ ਹੈ, ਪਰ ਉਹਨੂੰ ਆਪਣੇ ਆਪ 'ਤੇ ਯਕੀਨ। ਇੱਕਦਮ ਫਰੀਦ ਸਾਹਿਬ ਕਹਿੰਦੇ ਨੇ ਅਸਮਾਨ ਦੇ ਵਿੱਚ ਇੱਕ ਬਾਜ਼ ਉੱਡਦਾ ਪਿਆ ਸੀ, ਬਾਜ਼ ਨੇ ਬਗਲੇ ਦੇ ਮੂੰਹ ਦੇ ਵਿੱਚ ਮੱਛਲੀ ਨੂੰ ਦੇਖਿਆ, ਇੱਕਦਮ ਤੇਜ਼ੀ ਦੇ ਨਾਲ ਆਇਆ, ਤੇਜ਼ੀ ਦੇ ਨਾਲ ਆ ਕੇ ਜਿਹੜੀ ਮੱਛਲੀ ਬਗਲੇ ਨੇ ਆਪਣੇ ਮੂੰਹ 'ਚ ਪਕੜੀ ਹੈ, ਝਪੱਟ ਮਾਰ ਕੇ ਉਸ ਮੱਛੀ ਨੂੰ ਮੂੰਹ ਵਿੱਚੋਂ ਖਿੱਚ ਕੇ ਲੈ ਜਾਂਦਾ, ਖਿੱਚ ਕੇ ਲਿਜਾ ਕੇ ਉੱਪਰ ਅਸਮਾਨ ਵਿੱਚ ਜਾ ਕੇ ਖਾਂਦਾ। ਬਾਬਾ ਫਰੀਦ ਸਾਹਿਬ ਕਹਿੰਦੇ ਦੇਖੋ, ਬਗਲੇ ਦੇ ਮਨ ਭੁਲੇਖਾ ਸੀ, ਮੱਛਲੀ ਨੂੰ ਜਦੋਂ ਮਰਜ਼ੀ ਖਾਵਾਂ, ਜਦੋਂ ਮਰਜ਼ੀ ਸੁੱਟਾਂ, ਪਰ ਇੱਕਦਮ ਜਦੋਂ ਬਾਜ਼ ਆਇਆ, ਬਾਜ਼ ਨੇ ਝਮੱਟ ਮਾਰੀ, ਅਚਿੰਤੇ ਬਾਜ਼ ਪੈ ਗਏ। ਜਿਹੜੀ ਗੱਲ ਕਦੇ ਬਗਲੇ ਨੇ ਚਿੱਤ ਚੇਤੇ ਨਹੀਂ ਕੀਤੀ ਸਨ, ਉਹ ਉਹਨੂੰ ਭੋਗਣੀ ਪੈ ਗਈ। ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਉੱਚ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸਖਸ਼ੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੀ ਫੁੱਲ ਭੇਂਟ ਕੀਤੀ। ਜਿਸਨੇ ਆਪਣੇ ਪੜੋਸੀਆਂ ਦੇ ਨਾਲ ਪਿਆਰ ਪਾਇਆ, ਜਿਸਨੇ ਆਪਣੇ ਸਾਰੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਔਰ ਕਾਰੋਬਾਰ ਕਰਾਇਆ, ਔਰ ਬੱਚਿਆਂ ਨੇ ਵੀ ਸ਼ਾਬਾਸ਼। ਜਿਸ ਢੰਗ ਨਾਲ ਮੈਂ ਅਕਸਰ ਦੇਖਿਆ ਕਿ ਸਾਹਮਣੇ ਜਸਵਿੰਦਰ ਬੈਠਾ ਆਪਣੀ ਮਾਂ ਦੀ ਸੇਵਾ ਕਰਦਾ, ਔਰ ਉਹ ਸੇਵਾ ਜਿਹੜੀ ਹੈ ਉਹ ਅੱਜ ਦਿਖਾਈ ਦੇ ਰਹੀ ਹੈ, ਉਹ ਦਿਖਾਈ ਦੇ ਰਹੀ ਹੈ ਅਜਮੇਰ ਸਿੰਘ ਜੀ ਦੇ ਪਿਆਰ ਦੇ ਸਦਕੇ। ਅੱਜ ਸਾਰੀ ਸੰਗਤ ਇੱਥੇ ਹਾਜ਼ਰੀ ਭਰਨ ਆਈ ਹੈ ਆਪਣੇ ਦੁੱਖ ਦੀ ਘੜੀ ਦੇ ਵਿੱਚ ਇਸ ਪਰਿਵਾਰ ਨਾਲ ਸ਼ਾਮਿਲ ਹੋਣ ਵਾਸਤੇ। ਮੈਂ ਵਿਅਕਤੀ ਤੌਰ ਦੇ ਉੱਪਰ ਘਾਟ ਮਹਿਸੂਸ ਕਰਦਾ ਇੱਕ ਐਸੇ ਬਜ਼ੁਰਗ ਦੀ ਜਿਹੜਾ ਕਿ ਅਕਸਰ ਪਿਆਰ ਕਰਦੇ ਸੀ ਇਹ ਕਹਿੰਦੇ ਹੋਏ, ਮੈਂ ਸਾਰੇ ਪਰਿਵਾਰ ਨੂੰ ਵੀ ਇਹੋ ਹੀ ਕਹੂੰਗਾ ਕਿ ਅਸੀਂ ਸਾਰੇ ਬਗਲ ਮਿਲ ਕੇ ਇੱਕ ਦੂਸਰੇ ਨਾਲ ਇਕੱਠੇ ਰਹੀਏ, ਔਰ ਇਕੱਠੇ ਰਹਿਣ ਦੇ ਨਾਲ ਹੀ ਉਹਨਾਂ ਦੀ ਸੱਚੀ ਸੁਧਾਰੀ ਹੋਏਗੀ। ਜੈ ਮਾਤਾ।